великолепно работе. Tell me that Panda won't give it up. I am not a good deal, only eating a banana salad. He got the old even he got the lady and money more to be dead. ਕੀਨਾ ਭਾਈ ਤੁਹਾਡਾ ਭਾਈ ਨਿਸ਼ਾਨ ਸਿੰਘ ਭਾਜੀ ਕੀ ਕੀ ਗੱਲ ਹੋਈ ਤੁਹਾਡੀਆਂ ਲੱਤਾਂ ਨੂੰ ਇਹ ਭਾਈ ਨੇ ਉਹਨਾਂ ਦੂਜੇ ਪੋਲੀ ਆਈ ਲੱਤਾਂ ਨੂੰ ਤੇ ਮੈਂ ਇਹਨਾਂ ਮੈਂ ਉਹ ਟੋਣ ਲਾਇ ਕਰਾਉਂਦੇ ਰਹੇ ਮਾਰ ਪਿਓ ਨਹੀਂ ਆ ਮੇਰੀ ਆਦੀ ਮਿਹਨਤ ਕਰਦਾ ਰਿਹਾ ਮੋਤੀ ਦਾ ਕੰਮ ਸਿੱਖ ਰਹੇ ਆ ਮੈਂ ਪਿੰਡਾਂ ਹੀ ਗੇੜਾ ਲਾਉਂਦਾ ਰਿਹਾ ਤੇ ਅਲੱਗ ਗੁਜ਼ਾਰਾ ਕਰਦਾ ਰਿਹਾ ਡੈਡੀ ਹੈਗੇ ਤੇਰੇ ਨਹੀਂ ਪੂਰੇ ਹੋ ਗਏ ਹਾਂਜੀ ਕਿੰਨੇ ਭਰਾ ਤੁਸੀਂ ਇਕੱਲਾ 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 ਚਾਰ ਭੈਣਾਂ ਮੈਂ ਅੱਛਾ ਭੈਣਾਂ ਵਈਆਂ ਹਾਂਜੀ ਤਿੰਨ ਵੇਹੀ ਇੱਕੋ ਵੇ ਉਹਨਾਂ ਦੀ ਅੱਛਾ ਤੇ ਹੁਣ ਕੀ ਗੱਲ ਕੀ ਪ੍ਰੋਬਲਮ ਕੀ ਗੱਲ ਕੋਈ ਨਹੀਂ ਭਾਜੀ ਮੇਰੇ ਘਰੇ ਇੰਨੀ ਮੰਦਾ ਹਾਲ ਹੋਣ ਡਿਆ ਮੇਰੇ ਘਰ ਚ ਕਾਸ਼ ਨਹੀਂ ਹੈਗਾ ਕੀ ਨਹੀਂ ਹੈਗਾ ਦੱਸੋ ਕੀ ਗੱਲ ਕੋਈ ਨਾ ਕੋਈ ਕੋਈ ਸੌਦਾ ਨਾ ਕੋ ਭਾਜੀ ਤੇ ਕਾਖੋ ਨਹੀਂ ਹੈਗਾ ਮੇਰੇ ਘਰ ਚ ਕੀ ਕੰਮ ਕੀ ਕਰਦਾ ਕੰਮ ਮੈਂ ਜੋੜਿਆਂ ਦਾ ਕੰਮ ਕਰਦਾ ਜੋੜਿਆਂ ਦਾ ਕੀ ਜੁੱਤੀਆਂ ਕੱਢਣ ਦਾ ਹਾਂਜੀ ਹਾਂਜੀ ਤੇ ਕਿੰਨੇ ਕੁ ਪੈਸੇ ਵਟ ਲੈਣਾ ਮੈਂ ਵਟ ਵਟ 100 ਰੁਪਿਆ ਵਟਦਾ ਭਾਜੀ ਛੇ ਤੋਂ ਜਾਂਦਾ ਜੀ ਸਾਰਾ ਦਿਨ ਬੈਠ ਲੋ ਕੇ ਆਇਆ ਜੀ ਤੇ ਜਾਂਦਾ ਕਿਵੇਂ ਜਾਂਦਾ ਮੈਂ ਇਦਾਂ ਹੀ ਕਦੀ ਕਹਿਣਾ ਪੈ ਕੇ ਚਲ ਜਾਣਾ ਕਦੀ ਕਹਿਣਾ ਪੈ ਕੇ ਚਲ ਜਾਣਾ ਤੇ ਕੌਣ ਮੈਨੂੰ ਕੌਣ ਖਾਦਾ ਰੋਜ਼ ਕੋਈ ਖਾਦਾ ਨਹੀਂ ਦੇ ਕਾਤੇ ਹੁਣ ਟ੍ਰਾਈਸਾਈਕਲ ਨਹੀਂ ਤੁਹਾਡੇ ਕੋਲ ਨਹੀਂ ਟ੍ਰਾਈਸਾਈਕਲ ਹੈ ਨਹੀਂ ਭਾਜੀ ਤੇ ਘਰ ਦਾ ਕਿਵੇਂ ਗੁਜ਼ਾਰਾ ਚੱਲਣ ਦਿਆ ਘਰ ਦਾ ਗੁਜ਼ਾਰਾ ਇਦਾਂ ਹੀ ਆ ਕਰੀ ਕਿਸੇ ਤੋਂ ਪੈਸੇ ਫੜ ਕਰੀ ਕਿਸੇ ਤੋਂ ਭੈਣ ਭਰਾ ਤੋਂ ਫੜ ਕੇ ਤੁਹਾਡਾ ਗੁਜ਼ਾਰਾ ਕਰਦਾ ਰਿਹਾ ਕੀ ਮੰਗ ਕਰਦੇ ਹੋ ਮੰਗ ਇਹੋ ਸਾਨੂੰ ਕੋਈ ਕੋਈ ਮਾਨ ਸਰਕਾਰ ਸਹੂਲਤ ਦੇਵੇ ਕੋਈ ਸਾਨੂੰ ਕੋਈ ਆੜੇ ਸਕੇ ਆੜੇ ਗਰੀਬ ਵਾਲੀ ਸੋਚੇ ਕੋਲ ਹਾਂਜੀ ਘਰਦਿਆਂ ਨੂੰ ਇੱਕ ਅੱਖ ਦਾ ਵਾ ਤੇ ਦੋ ਬੱਚੇ ਮੇਰੇ ਕੀ ਹੋਇਆ ਅੱਖ ਨੂੰ ਅੱਖਾਂ ਇੱਕ ਅੱਖ ਲੈਟ ਨਹੀਂ ਹੈਗੀ ਅੱਛਾ ਹਾਂਜੀ ਕੀ ਮੰਗ ਕਰਦੇ ਇਲਾਜ ਦੀ ਹਾਂਜੀ ਹਾਂਜੀ ਮੰਗ ਹਾਂਜੀ ਹਾਂਜੀ ਤੇ ਇਹਦਾ ਇਲਾਜ ਹੋਣਾ ਚਾਹੀਦਾ ਭਾਈ ਤੇ ਇਹਨਾਂ ਸੋਚਣਾ ਚਾਹੀਦਾ ਇਹਨਾਂ ਨੂੰ ਸਾਡਾ ਸੋਚਣ ਗਰੀਬਾਂ ਦਾ ਕੀ ਨਾ ਭੈਂਦਰ ਅਮਨ ਕੌਰ ਕੀ ਗੱਲ ਹੈ ਘਰ ਕਿਸ ਤਰ੍ਹਾਂ ਗੁਜ਼ਾਰਾ ਹੁੰਦਾ ਘਰ ਦਾ ਘਰ ਦਾ ਦਵਾਈ ਬੁੱਟੀ ਦਾ ਨਿਆਣੇ ਭੁੱਖੇ ਰਹਿੰਦੇ ਆ ਕਾਤੋ ਖਰਚਾ ਨਹੀਂ ਹੈਗਾ ਹਾਂਜੀ ਕੀ ਕੰਮ ਘਰ ਵਾਲਾ ਕੀ ਕੰਮ ਕਰਦਾ ਸਵਾਰ ਪਰੇ ਅੱਡੇ ਜੇ ਜੁੱਤੀਆਂ ਜੋੜੇ ਗੰਢਦਾ ਜੇ ਘਰੇ ਆ ਜਾਂਦੀ ਚੱਪਲ ਉਹ ਗੰਢ ਲੈਂਦਾ ਅੱਛਾ ਹਾਂਜੀ ਠੀਕ ਹੈ ਉਹ ਨਹੀਂ ਕਮਾਈ ਕਰਦਾ ਨਹੀਂ ਕਮਾਈ ਨਹੀਂ ਕਰਦਾ ਕਮਾਈ ਘੱਟ ਵੱਧ ਹੀ ਕਰਦਾ ਕੀ ਕਿੰਨੇ ਕੁ ਲਿਆਉਂਦਾ ਦਿਹਾੜੀ ਬਣਾ ਕਿੰਨੇ ਕੁ ਪੈਸੇ ਲੈਂਦਾ ਹਾਂਜੀ 150 ਰੁਪਏ ਬਣਾ ਲਿਆਉਂਦਾ ਹੈ ਅੱਛਾ ਤੋ ਆਟਾ ਪਾਣੀ ਆ ਜਾਂਦਾ ਹੈ ਅੱਛਾ ਤੇ ਤੁਹਾਨੂੰ ਕੀ ਗੱਲ ਸਾਡੀ ਨਿਗਾਹ ਖਰਾਬ ਆ ਨਿਗਾਹ ਖਰਾਬ ਹੈ ਹਾਂਜੀ ਅੱਛਾ ਤੇ ਇਲਾਜ ਨਹੀਂ ਕਰਾਇਆ ਇਲਾਜ ਕਰਾਇਆ ਸੀ ਤੇ ਹੋਰ ਆਂਦੇ ਪਿਛਲੀ ਰੋਸ਼ਨੀ ਘੱਟ ਇੱਕੋ ਹੀ ਬਣੀ ਆਪਰੇਸ਼ਨ ਹੋਇਆ ਅੱਛਾ ਤੇ ਹੁਣ ਕੀ ਮੰਗ ਕੀ ਕਰਦੇ ਐ ਮੰਗ ਇਹੋ ਕਰਦੇ ਆ ਲਾਕਡਾਊਨ ਲੱਗਾ ਵਾ ਤੇ ਨਿਆਣੇ ਭੁੱਖੇ ਰਹਿੰਦੇ ਆ ਖਰਚਾ ਪਾਣੀ ਸਾਡੇ ਘਰੇ ਆ ਗਏ ਅੱਛਾ ਤੇ ਆਪਦੇ ਇਲਾਜ ਦਾ ਕੀ ਕਹਿੰਦੇ ਇਲਾਜ ਵੀ ਐਸੀ ਅੰਨੇ ਕਰਾ ਦੋ ਸਾਡਾ ਠੀਕ ਨਾ ਭੈਣ ਜੀ ਤੁਹਾਡਾ ਸਿਮਰਨਜੀਤ ਕੌਰ ਕੀ ਗੱਲ ਹੈ ਜੀ ਘਰ ਨੂੰ ਕੀ ਪ੍ਰੋਬਲਮ ਆਉਂਦੀ ਘਰ ਨੂੰ ਪਾਜੀ ਬਹੁਤ ਜ਼ਿਆਦਾ ਪਰੇਸ਼ਾਨੀ ਕੀ ਗੱਲ ਕੀ ਹੈ ਜੀ ਬਿਲਕੁਲ ਇੱਕ ਮੇਰੇ ਪਹੁੰਚਿਆ ਤੇ ਉਹ ਵੀ ਲੱਖ ਪੰਡ ਬਣ ਕੇ ਬੈਠਾ ਅੱਛਾ ਅਜੇ ਮੇਰੀ ਇੱਕ ਗੁੱਡੀ ਵਿਆਹਣ ਵਾਲੀ ਇਤੀਆਂ ਪਈਆਂ ਸਾਲਾਂ ਦੀ ਅੱਛਾ ਇਹ ਤੁਹਾਨੂੰ ਪਤਾ ਵੀ ਦੋ ਇਹਦੀਆਂ ਗੁੱਡੀਆਂ ਵਾ ਤੇ ਜੇ ਅਸੀਂ ਵਿਆਹਿਆ ਤੇ ਉਹਦੀ ਵੀ ਨਿਗਾਹ ਵੀ ਚਲੀ ਗਈ ਮਾੜੀ ਮੋਟੀ ਵੀ ਦੇਖਦਾ ਵਾ ਉਹ ਕਿਸੇ ਵੇਲੇ ਮੈਂ ਬਾਲਣ ਡਾ ਕੇ ਆਪ ਰੋਟੀ ਪਕਾ ਕੇ ਦੇਣੀ ਤੇ ਕੀ ਗੱਲ ਕੀ ਆ ਹੁਣ ਕੀ ਹੁਣ ਗੱਲ ਆ ਵੀ ਸਾਡਾ ਕੋਈ ਨਾ ਕੋਈ ਸਹਾਇਤਾ ਕਰੋ ਸਾਡੀ ਕੀ ਗੱਲ ਮੁੰਡਾ ਕੰਮ ਨੀ ਕਰਦਾ ਕੋਈ ਕੰਮ ਜੋੜੇ ਜੋੜੇ ਗਣਦਾ ਜੋ ਜੇ ਤੇ ਉੱਥੇ ਕੋਈ ਜੋੜਾ ਆ ਗਿਆ ਤੇ ਲੈਣ ਦੇ 10-20 ਜੇ ਨਹੀਂ ਬਣਿਆ ਤੇ ਨਹੀਂ ਤੇ ਹੁਣ ਘਰ ਦਾ ਗੁਜ਼ਾਰਾ ਕਿਵੇਂ ਚੱਲਣ ਦੇ ਘਰ ਦਾ ਫਿਰ ਇਦਾਂ ਹੀ ਆ ਜੇ ਕਿਤੇ ਲੈ ਆ ਤੇ ਕਿਤੇ ਖਰਚਾ ਵੀ ਚਾਹੀਦਾ ਅਜੇ ਮੇਰੀ ਗੁੱਡੀ ਵਿਆਹ ਵਾਲੀ ਤੁਹਾਨੂੰ ਪਤਾ ਕਿੱਦਾਂ ਵਿਆਹੂਗਾ
अज तक अनेक दुखी भैन भरावां दे घरां नूं बसाउण वाले मनीष आचारिया संपर्क करो 9969900755 पता फगवाड़ा पंजाब तकदीर कदों बदलेगी सच्चा प्यार मिलेगा जां नहीं खोया प्यार वापस पाउणा लव मैरिज सौदन दुश्मन तों छुटकारा जमीनी झगड़ा बीमारी च दवा ना लगना विदेश च पक्का होना कर्जा मुक्ति दे विशेष उपाय जाणो गुप्त वशीकरण कराओ मन चाहा प्यार पाओ लाटरी नंबर पाओ भावें 649 होवे जां लुट्टो मैक्स प्यार च धोखा खा चुके प्रेमी प्रेमिका एक बार जरूर संपर्क करो मैं तुहाड़ा प्यार टुटन नहीं देवांगा 9969900755